ਸਤਿ ਸ਼੍ਰੀ ਅਕਾਲ ਦਾਨ ਮਿਊਟ ਵੇਖ ਰਹੇ ਹੋ ਤੁਸੀਂ, ਮੈਂ ਹਾਂ ਖੁਸ਼ਪ੍ਰੀਤ ਕੌਰ। ਪੈਰਿਸ ਓਲੰਪਿਕ ਖੇਡਾਂ 2024 'ਚ ਭਾਰਤ ਦੇ 125 ਖਿਡਾਰੀ ਹਿੱਸਾ ਲੈਣਗੇ ਅਤੇ ਇਹਨਾਂ 125 ਖਿਡਾਰੀਆਂ 'ਚੋਂ 20 ਖਿਡਾਰੀ ਪੰਜਾਬ ਦੇ ਹਨ। ਇਹਨਾਂ 20 ਖਿਡਾਰੀਆਂ 'ਚੋਂ 18 ਖਿਡਾਰੀ ਪੱਕੇ ਤੌਰ 'ਤੇ ਟੀਮ ਦਾ ਹਿੱਸਾ ਨੇ ਅਤੇ 2 ਖਿਡਾਰੀ ਰਾਖਵੇਂ ਰੱਖੇ ਗਏ ਹਨ। ਹਾਕੀ ਅਤੇ ਨਿਸ਼ਾਨੇਬਾਜ਼ੀ 'ਚ ਕ੍ਰਮਵਾਰ 10 ਅਤੇ 7 ਖਿਡਾਰੀ ਪੰਜਾਬੀ, ਅਥਲੈਟਿਕਸ 'ਚ 2 ਅਤੇ ਗੋਲਫ 'ਚ 1 ਖਿਡਾਰੀ ਸ਼ਾਮਲ ਹੈ। ਇਹਨਾਂ 20 ਖਿਡਾਰੀਆਂ 'ਚੋਂ 9 ਖਿਡਾਰੀ ਪੰਜਾਬ ਤੋਂ ਪਹਿਲਾਂ ਵੀ ਓਲੰਪਿਕ ਖੇਡਾਂ 'ਚ ਹਿੱਸਾ ਲੈ ਚੁੱਕੇ ਨੇ। ਜਾਣਦੇ ਹਾਂ ਕਿ ਇਹਨਾਂ ਓਲੰਪਿਕ ਖੇਡਾਂ 'ਚ ਪੰਜਾਬ ਦੇ ਕਿਹੜੇ ਕਿਹੜੇ ਖਿਡਾਰੀ ਹਿੱਸਾ ਲੈਣਗੇ। ਸਭ ਤੋਂ ਪਹਿਲਾਂ ਪੰਜਾਬ ਦੇ ਹਰਮਨ ਪਿਆਰੇ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਨਾਮ ਆਉਂਦਾ ਹੈ। ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜਾਬੀ ਖਿਡਾਰੀ ਹੈ, ਉਹ ਆਪਣੀ 3ਜੀ ਓਲੰਪਿਕਸ ਖੇਡੇਗਾ। ਹਾਰਦਿਕ ਸਿੰਘ ਭਾਰਤੀ ਟੀਮ ਦਾ ਉਪ ਕਪਤਾਨ ਹੈ, ਜੋ ਆਪਣੀ 2ਜੀ ਓਲੰਪਿਕਸ ਖੇਡਣ ਜਾ ਰਿਹਾ ਹੈ। ਉਹ ਜਲੰਧਰ ਛਾਉਣੀ ਦੀ ਬੁੱਕਲ 'ਚ ਵਸੇ ਪਿੰਡ ਖੁਸਰੋਪੁਰ ਦੇ ਖੇਡ ਪਰਿਵਾਰ ਦਾ ਵਾਰਸ ਹੈ। ਭਾਰਤੀ ਹਾਕੀ ਟੀਮ ਦਾ ਸਭ ਤੋਂ ਹੋਣਹਾਰ ਖਿਡਾਰੀ ਮਨਪ੍ਰੀਤ ਸਿੰਘ ਇਸ ਵਾਰ ਆਪਣੀ ਰਿਕਾਰਡ 4ਵੀਂ ਓਲੰਪਿਕ ਖੇਡ ਰਿਹਾ ਹੈ। ਮਨਦੀਪ ਸਿੰਘ ਇਸ ਵਾਰ ਆਪਣੀ 2ਜੀ ਓਲੰਪਿਕਸ ਖੇਡੇਗਾ। ਭਾਰਤੀ ਫਾਰਵਰਡ ਲਾਈਨ ਦਾ ਸਭ ਤੋਂ ਹੋਣਹਾਰ ਖਿਡਾਰੀ ਮਨਦੀਪ ਸਿੰਘ 250 ਦੇ ਕਰੀਬ ਮੈਚਾਂ 'ਚੋਂ ਹੁਣ ਤੱਕ 100 ਤੋਂ ਵੱਧ ਗੋਲ ਬਣਾ ਚੁੱਕਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਲਿਆਰਾ ਦਾ ਵਸਨੀਕ ਗੁਰਜੰਟ ਸਿੰਘ ਲੈਫਟ ਵਿੰਗਰ ਹੈ, ਜੋ ਕਿ ਆਪਣੀ ਤੇਜ਼ ਤਰਾਰ ਖੇਡ ਲਈ ਜਾਣਿਆ ਜਾਂਦਾ ਹੈ। ਸਰਹੱਦੀ ਪਿੰਡ ਅਟਾਰੀ ਦਾ ਵਸਨੀਕ ਸ਼ਮਸ਼ੇਰ ਸਿੰਘ ਪਹਿਲੀ ਵਾਰ ਟੋਕੀਓ ਓਲੰਪਿਕਸ 'ਚ ਸਭ ਤੋਂ ਘੱਟ ਤਜਰਬੇਕਾਰ ਖਿਡਾਰੀ ਸੀ। ਹੁਣ ਉਹ ਭਾਰਤੀ ਫਾਰਵਰਡ ਲਾਈਨ ਦੇ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜਸਥਾਨ ਦਾ ਵਸਨੀਕ ਜਰਮਨਪ੍ਰੀਤ ਸਿੰਘ ਆਪਣੀ ਸਾਬਤ ਸੂਰਤ ਦੇਖ ਅਤੇ ਲੰਮੇ ਕੱਦ ਕਰਕੇ ਹਾਕੀ ਫੀਲਡ 'ਚ ਵੱਖਰੀ ਪਛਾਣ ਰੱਖਦਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਜੱਦੀ ਪਿਛੋਕੜ ਵਾਲਾ ਸੁਖਜੀਤ ਸਿੰਘ ਜਲੰਧਰ ਸ਼ਹਿਰ ਦਾ ਵਸਨੀਕ ਹੈ। ਭਾਰਤੀ ਫਾਰਵਰਡ ਲਾਈਨ 'ਚ ਸ਼ਾਮਲ ਨਵੇਂ ਖਿਡਾਰੀਆਂ 'ਚੋਂ ਇੱਕ ਸੁਖਜੀਤ ਸਿੰਘ ਹਾਲੀ 'ਚ ਏਸ਼ੀਆਈ ਖੇਡਾਂ ਅਤੇ ਏਸ਼ੀਅਨ ਚੈਂਪੀਅਨ ਟਰਾਫੀ ਦਾ ਸੋਨ ਤਗਮਾ ਜੇਤੂ ਖਿਡਾਰੀ ਹੈ। ਸਾਬਕਾ ਵਿਸ਼ਵ ਨੰਬਰ 1 ਨਿਸ਼ਾਨੇਬਾਜ਼ ਅੰਜੂਮ ਮੌਦਗਿੱਲ ਇਸ ਵਾਰ ਆਪਣੀ 2ਜੀ ਓਲੰਪਿਕਸ ਖੇਡ ਰਹੀ ਹੈ। ਪੰਜਾਬ ਪੁਲਿਸ 'ਚ ਸਬ ਇੰਸਪੈਕਟਰ ਵਜੋਂ ਤਾਇਨਾਤ ਅੰਜੂਮ ਮੌਦਗਿੱਲ 50 ਮੀਟਰ ਰਾਈਫਲ 3 ਪੋਜੀਸ਼ਨ 'ਚ ਹਿੱਸਾ ਲੈ ਰਹੀ ਹੈ। ਭਾਰਤ ਦੀ ਉੱਭਰਦੀ ਅਤੇ ਸੰਭਾਵਨਾਵਾਂ ਭਰਪੂਰ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਏਸ਼ੀਆਈ ਖੇਡਾਂ 'ਚ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤ ਚੁੱਕੀ ਹੈ। ਫਰੀਦਕੋਟ ਸ਼ਹਿਰ ਦੀ ਸਿਫਤ ਕੌਰ ਨੇ ਆਪਣੀ ਖੇਡ ਵਾਸਤੇ ਡਾਕਟਰੀ ਦੀ ਪੜ੍ਹਾਈ ਛੱਡ ਦਿੱਤੀ ਸੀ। ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਵਾਰਸ ਰਾਜੇਸ਼ਵਰੀ ਕੁਮਾਰੀ ਟ੍ਰੈਪ ਸ਼ੂਟਿੰਗ ਵਿੱਚ ਹਿੱਸਾ ਲੈ ਰਹੀ ਹੈ। ਉਸਦੇ ਪਿਤਾ ਰਾਜਾ ਰਣਧੀਰ ਸਿੰਘ 6 ਓਲੰਪਿਕਸ ਖੇਡ ਚੁੱਕੇ ਹਨ। ਭਾਰਤ 'ਚ ਪਹਿਲੀ ਵਾਰ ਪਿਓ ਧੀ ਦੀ ਜੋੜੀ ਓਲੰਪੀਅਨ ਬਣੇਗੀ। ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਕਸਬੇ ਦਾ ਜੰਪਲ ਅਤੇ ਮੋਹਾਲੀ ਰਹਿੰਦਾ ਅਰਜਨ ਬਬੂਟਾ 10 ਮੀਟਰ ਏਅਰ ਰਾਈਫਲ ਦੇ ਪੁਰਸ਼ ਅਤੇ ਮਿਕਸਡ ਟੀਮ ਮੁਕਾਬਲੇ 'ਚ ਹਿੱਸਾ ਲਵੇਗਾ। ਮੰਡੀ ਗੋਬਿੰਦਗੜ੍ਹ ਦਾ ਵਸਨੀਕ ਅਰਜੁਨ ਸਿੰਘ 10 ਮੀਟਰ ਏਅਰ ਪਿਸਟਲ ਇਵੈਂਟ ਦੇ ਪੁਰਸ਼ ਅਤੇ ਮਿਕਸਡ ਟੀਮ ਮੁਕਾਬਲੇ 'ਚ ਹਿੱਸਾ ਲੈਣ ਜਾ ਰਹੇ ਨੇ। ਮਾਨਸਾ ਦਾ ਜੰਪਲ ਅਤੇ ਮੋਹਾਲੀ ਰਹਿੰਦਾ ਵਿਜੇਵੀਰ ਸਿੱਧੂ 25 ਮੀਟਰ ਰੈਪਿਡ ਫਾਇਰ ਪਿਸਟਲ ਇਵੈਂਟ 'ਚ ਹਿੱਸਾ ਲਵੇਗਾ। ਵਿਜੇਵੀਰ ਤੇ ਉਦੇਵੀਰ ਜੋੜੇ ਭਰਾ ਹਨ, ਜੋ ਜੂਨੀਅਰ ਵਿਸ਼ਵ ਕੱਪ ਮੁਕਾਬਲਿਆਂ ਤੋਂ ਭਾਰਤ ਲਈ ਤਗਮੇ ਜਿੱਤ ਕੇ ਲਿਆ ਰਹੇ ਨੇ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੈਬਲ ਕਲਾਂ ਦਾ ਵਸਨੀਕ ਸੰਦੀਪ ਸਿੰਘ 10 ਮੀਟਰ ਏਅਰ ਰਾਈਫਲ ਦੇ ਪੁਰਸ਼ ਟੀਮ ਅਤੇ ਮਿਕਸਡ ਟੀਮ ਮੁਕਾਬਲੇ 'ਚ ਹਿੱਸਾ ਲਵੇਗਾ। ਮੋਗਾ ਦੇ ਅਥਲੀਟ ਤਜਿੰਦਰਪਾਲ ਸਿੰਘ ਤੂਰ ਸ਼ਾਟਪੁੱਟ ਥਰੋ 'ਚ 2ਜੀ ਵਾਰ ਓਲੰਪਿਕ ਖੇਡਣ ਜਾ ਰਹੇ ਨੇ। ਏਸ਼ੀਅਨ ਰਿਕਾਰਡ ਹੋਲਡਰ ਤਜਿੰਦਰਪਾਲ ਸਿੰਘ ਤੂਰ 2 ਵਾਰ ਏਸ਼ੀਆਈ ਖੇਡਾਂ ਅਤੇ 3 ਵਾਰ ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤ ਚੁੱਕੇ ਨੇ ਅਤੇ ਉਹ ਅਰਜੁਨ ਅਵਾਰਡ ਜੇਤੂ ਅਥਲੀਟ ਵੀ ਹਨ। 20 ਕਿਲੋਮੀਟਰ ਪੈਦਲ ਤੌਰ 'ਚ ਨੈਸ਼ਨਲ ਰਿਕਾਰਡ ਹੋਲਡਰ ਅਕਸ਼ਦੀਪ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ
ਕਨੇਕੇ ਦਾ ਵਸਨੀਕ ਹੈ। ਅਕਸ਼ਦੀਪ ਸਿੰਘ ਬਰਨਾਲਾ ਜ਼ਿਲ੍ਹੇ ਦਾ ਪਹਿਲਾ ਓਲੰਪੀਅਨ ਹੋਵੇਗਾ। ਮਾਝੇ ਦਾ ਜੰਮਪਲ ਅਤੇ ਕਪੂਰਥਲਾ ਰਹਿੰਦਾ ਗਗਨਜੀਤ ਸਿੰਘ ਭੁੱਲਰ ਗੋਲਫ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਸਸਮੁੱਚੇ ਪੰਜਾਬੀਆਂ ਨੂੰ ਇਹਨਾਂ ਸਾਰੇ ਪੰਜਾਬੀ ਖਿਡਾਰੀਆਂ ਤੋਂ ਉਮੀਦਾਂ ਨੇ ਕਿ ਪੈਰਿਸ ਓਲੰਪਿਕ ਖੇਡਾਂ 'ਚ ਇਹ ਪੰਜਾਬੀ ਮੱਲਾਂ ਜ਼ਰੂਰ ਮਾਰਨਗੇ। ਸੋ ਪੈਰਿਸ ਓਲੰਪਿਕ ਖੇਡਾਂ 2024 'ਚ ਹਿੱਸਾ ਲੈਣ ਵਾਲੇ ਭਾਰਤ ਦੇ ਸਾਰੇ ਖਿਡਾਰੀਆਂ ਨੂੰ ਵਧਾਈਆਂ ਅਤੇ ਸਾਨੂੰ ਉਮੀਦ ਹੈ ਕਿ ਸਾਰੇ ਖਿਡਾਰੀ ਪੈਰਿਸ ਓਲੰਪਿਕ ਖੇਡਾਂ 2024 ਦੇ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਜ਼ਰੂਰ ਕਰਨਗੇ।